हेलो दोस्तों दोस्तों आज दी वीडियो विच आपां गल करांगे पंजाबी यूनिवर्सिटी पटियाला वालों आई जॉब वैकेंसियां दी। दोस्तों इस विच तीन तरह दी वैकेंसीज अनाउंस कीती गई हन, जिस दे विच पहली असिस्टेंट प्रोफेसर इन लॉ दी, उस तो बाद दूजी असिस्टेंट प्रोफेसर इन लॉ दी सिर्फ एससी वास्ते है, ते तीजी स्टाफ नर्स फीमेल वास्ते जिन्हां ने GNM कीता होना चाहिए ते मैट्रिक पास होनी चाहिए है, अते किसी भी प्राप्त मान्यता प्राप्त हो ਹਸਪਤਾਲ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਤਾਂ ਦੋਸਤੋ ਇਸ ਦੀ ਫੀਸ ਦੀ ਗੱਲ ਕਰੀਏ ਤਾਂ ਆਪਾਂ ਦੋਸਤੋ ਜੋ ਅਧਿਆਪਨ ਅਸਾਮੀਆਂ ਹਨ ਉਸ ਲਈ 500 ਰੁਪਏ ਫੀਸ ਹੈ, ਅਤੇ ਗੈਰ ਅਧਿਆਪਨ ਅਸਾਮੀ ਮਤਲਬ GNN ਸਟਾਫ ਨਰਸ ਦੀ ਹੈ ਉਸ ਦੀ ਫੀਸ 100 ਰੁਪਏ ਹੈ। ਅਤੇ ਦੋਸਤੋ ਤੁਹਾਨੂੰ ਇਹ ਆਫਲਾਈਨ ਫੋਰਮ ਹੈ, ਤੁਹਾਨੂੰ ਇਹ ਡਾਕ ਰਾਹੀਂ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਭੇਜਣਾ ਪਵੇਗਾ, ਜਿਸ ਦੀ DD ਬਣਾ ਕੇ ਆਪਾਂ ਅਤੇ ਇਸ ਦਾ ਲਿਫਾ ਜੋ ਲਿਫਾਫਾ ਹੁੰਦਾ ਹੈ ਉਹ 25x10 cm ਹੋਣਾ ਚਾਹੀਦਾ, ਅਤੇ ਜਿਸ ਉੱਪਰ 25 ਰੁਪਏ ਦੀ ਡਾਕ ਟਿਕਟ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਅਤੇ ਦੋਸਤੋ ਹੋਰ ਅਤੇ ਇਸਦਾ ਜੋ DD ਬਣਾਉਣਾ ਹੋਵੇਗਾ ਉਹ ਨਰਸ ਦੀ ਪੋਸਟ ਲਈ 100 ਰੁਪਏ ਦਾ DD ਬਣਵਾ ਕੇ ਇਹਨਾਂ ਦੇ ਦਿੱਤੇ ਪਤੇ ਉੱਪਰ ਕੋਰੀਅਰ ਕਰਨਾ ਪਵੇਗਾ। ਅਤੇ ਬਾਕੀ ਡਿਟੇਲ ਦੋਸਤੋ ਤੁਸੀਂ ਇਸ PDF ਵਿੱਚ ਪੜ੍ਹ ਸਕਦੇ ਹੋ, ਬਾਕੀ ਤੁਹਾਨੂੰ ਮੈਂ ਇਹ ਵੀਡੀਓ ਦੇ ਡਿਸਕ੍ਰਿਪਸ਼ਨ ਲਿੰਕ ਵਿੱਚ ਵੀ ਦੇ ਦਿਆਂਗਾ, ਅਤੇ ਉੱਥੇ ਡਾਊਨਲੋਡ ਕਰਕੇ ਤੁਸੀਂ ਇਹ PDF ਇੱਕ ਵਾਰੀ ਚੰਗੀ ਤਰ੍ਹਾਂ ਰੀਡ ਕਰਕੇ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਹ ਫੋਰਮ ਭਰ ਦਿਓ। ਓਕੇ ਦੋਸਤੋ, ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ। ਓਕੇ ਥੈਂਕ ਯੂ ਦੋਸਤੋ।